ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਅਸੀਂ ਸਵਾਗਤ ਕਰਦੇ ਹਾਂ ਤੁਹਾਡੇ ਆਪਦੇ YouTube ਚੈਨਲ ਟਰੈਕਟਰ ਬਾਜ਼ਾਰ 2 ਦੇ ਉੱਪਰ ਸਭ ਤੋਂ ਪਹਿਲਾਂ ਤਾਂ ਜਿੰਨੇ ਵੀਰ ਚੈਨਲ ਦੇ ਉੱਪਰ ਨਵੇਂ ਆਏ ਨੇ ਚੈਨਲ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਚੈਨਲ ਦੇ ਜਿਹੜੇ WhatsApp ਦੇ ਨੰਬਰ ਨੇ ਸਾਡੇ ਉਹ ਨੋਟ ਕਰ ਲਓ 7340945620 ਇਹਨਾਂ ਨੰਬਰਾਂ ਤੇ 5 ਤੋਂ 10 ਫੋਟੋਆਂ ਤੇ ਪੂਰੀ ਲੋੜ ਇਹਦਾ ਜਾਣਕਾਰੀ ਭੇਜ ਕੇ ਸਾਡੇ ਕੋਲੋਂ ਫ੍ਰੀ ਦੇ ਵਿੱਚ ਤੁਸੀਂ ਐਡ ਦਵਾ ਸਕਦੇ ਹੋ ਤੇ ਅੱਜ ਆਪਾਂ ਜਿਹੜੇ ਸਭ ਤੋਂ ਪਹਿਲਾਂ ਸੇਲ ਦੇ ਵਿੱਚ ਲੈ ਕੇ ਆ ਚੁੱਕੇ ਹਾਂ ਜੀ ਉਹ ਹੈਗਾ ਜਸਵੰਤ ਰੀਪਰ ਜਸਵੰਤ ਤੂੜੀ ਵਾਲਾ ਰੀਪਰ ਰੀਪਰ ਦੇ ਮਾਡਲ ਦੀ ਗੱਲ ਕਰ ਲੈਨੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਇਹ 2021 ਮਾਡਲ ਵਾਲਾ ਰੀਪਰ ਹੈ ਜੀ ਬਿਲਕੁਲ ਬ੍ਰੈਂਡ ਨਿਊ ਅਨਟੱਚ ਪੀਸ ਆ ਬਿਲਕੁਲ ਯੂਜ਼ ਨਹੀਂ ਕੀਤਾ ਹੋਇਆ ਕੋਈ ਯੂਜ਼ ਨਹੀਂ ਕੀਤਾ ਹੋਇਆ 58 ਇੰਚੀ ਕਟਰਾ ਜੀ ਤੇ ਜੋ ਡਿਮਾਂਡ ਰੱਖੀ ਗਈ ਆ ਮਾਲਕ ਵੀਰਾਂ ਵੱਲੋਂ ਉਹ ਹੈਗੀ ਆ 2 ਲੱਖ ਤੇ 45000 ਰੁਪਈਆ ਤੇ ਜਿਨ੍ਹਾਂ ਨੇ ਕੱਲ ਵਾਲੀ ਮੋਗਾ ਮੰਡੀ ਦੀ ਲਾਈਵ ਨਹੀਂ ਵੇਖੀਗੀ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਦਿੱਤਾ ਵਾ ਲਾਈਵ ਦਾ ਤੁਸੀਂ ਜਾ ਕੇ ਵੇਖ ਸਕਦੇ ਹੋ ਇਸ ਟਾਈਮ ਜਿਹੜੇ ਮੰਡੀ ਦੇ ਰੇਟ ਨੇ ਉਹ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਕਿ ਮੋਗਾ ਮੰਡੀ ਦੇ ਕੀ ਰੇਟ ਰਹੇ ਨੇ ਤੇ ਮਾਲਕਰ ਜਿਹੜੇ ਨੰਬਰ ਆਪਾਂ ਥੱਲੇ ਦੇ ਰਹੇ ਹਾਂ ਖਰੀਦ ਸਕਦੇ ਹੋ ਤੇ ਅੱਗੇ ਆ ਜਾਂਦਾ ਜੀ ਸਵਰਾਜ 855 ਸਵਰਾਜ 855 ਆ ਜਾਂਦਾ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਮਾਡਲ ਦੀ ਗੱਲ ਕਰੀਏ 2015 ਮਾਡਲ ਆ ਇਹ ਜਿਹੜਾ ਟਰੈਕਟਰ ਆ 2015 ਮਾਡਲ ਆ ਹਾਲਤ ਵਗੈਰਾ ਦਾ ਬਹੁਤ ਸੋਹਣਾ ਟਰੈਕਟਰ ਪਿਆ ਹੋਇਆ ਵਾਹ ਕੇ ਚਲਾ ਕੇ ਦੇਣ ਦੀ ਪੂਰੀ ਤਸੱਲੀ ਆ ਗਰੰਟੀ ਵੀ ਦਿੱਤੀ ਜਾ ਰਹੀ ਆ ਮਾਲਕ ਵੀਰਾਂ ਵੱਲੋਂ ਵਾਹ ਕੇ ਚਲਾ ਕੇ ਦੇਣ ਦੀ ਪੂਰੀ ਗਰੰਟੀ ਆ ਤਸੱਲੀ ਦਿੱਤੀ ਜਾ ਰਹੀ ਆ ਗਿੱਦੜ ਬਾਹਾ ਏਰੀਏ ਵਿੱਚ ਜੋ ਟਰੈਕਟਰ ਖੜਾ ਹੋਇਆ ਇਹ 4 ਸਟਾਰ ਪਾਵਰ ਸਟੀering ਡਬਲ ਪੰਪ ਡਬਲ ਡਿਸਟ੍ਰਿਬਿਊਟਰ ਰਿਵਰਸ ਪੀਡੀਓ ਦੇ ਨਾਲ ਆ ਸਦਾਇ ਸਵਾ ਬੰਪਰ ਲੱਗਾ ਹੋਇਆ ਤੇ ਬਾਕੀ ਮਗਰਾੜ ਵਗੈਰਾ ਬਲੇਕ ਟੇਪ ਕੀਤੇ ਹੋਏ ਨੇ ਖਰਾਬ ਖੁਰੂ ਕੋਈ ਨਹੀਂ ਹੈਗੇਗੇ ਇਹ ਡਿਮਾਂਡ ਜਿਹੜੀ ਰੱਖੀ ਗਈ ਉਹ ਹੈਗੀ ਆ 5 ਲੱਖ ਰੁਪਈਆ 5 ਲੱਖ ਰੁਪਈਆ ਡਿਮਾਂਡ ਰੱਖੀ ਗਈ ਆ ਮਾਲਕਾਂ ਦੇ ਨੰਬਰ ਥੱਲੇ ਨੇ ਰੂਨ ਕਰਕੇ ਤੁਸੀਂ ਟਰੈਕਟਰ ਦਾ ਸੌਦਾ ਕਰ ਸਕਦੇ ਹੋ ਬਹੁਤ ਸੋਹਣਾ ਸਾਫ਼ ਸੰਭਾਈ ਵਾਲੀ ਕੰਡੀਸ਼ਨ ਦੇ ਵਿੱਚ ਜਿਹੜਾ ਟਰੈਕਟਰ ਪਿਆ ਹੋਇਆ ਜੀ ਅੱਗੇ ਆਪਣੇ ਕੋਲ ਆ ਜਾਂਦਾ ਜੀ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਟਰੈਕਟਰ ਥੋੜੇ ਮਾਲਕਾਂ ਨੇ ਪ੍ਰਭੂ ਫੋਟੋ ਉਸ ਹਿਸਾਬ ਨਾਲ ਖਿੱਚੀਆਂ ਹੋਈਆਂ ਨੇ ਸੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਥੋੜਾ ਜਿਹਾ ਇੱਕ ਤਾਂ ਰਿਫਲੈਕਸ਼ਨ ਦੱਸ ਦੇਊਗਾ ਇੱਕ ਬਹੁਤ ਜ਼ਿਆਦਾ ਸੋਨਾ ਕਿਉਂਕਿ ਫੋਟੋ ਖਿੱਚਣ ਦਾ ਇੱਕ ਤਰੀਕੇ ਹੁੰਦੇ ਆ ਇਹ ਸੋ ਤਾਂ ਦੱਸਦਾ ਪਿਆ ਤੁਹਾਨੂੰ 2017 ਮਾਡਲ ਹੈ ਟਰੈਕਟਰ ਬਹੁਤ ਸੋਹਣਾ ਪਿਆ ਹੋਇਆ ਸਾਫ ਰੰਗ ਦੇ ਵਿੱਚ ਤੇ ਟੋਟਲ Ориਜਨਲ ਆ ਟਰੈਕਟਰ 70 ਪੈਸੇ ਟਰੈਕਟਰ ਦੇ ਟਾਇਰ ਨੇ 1191 ਘੰਟੇ ਟਰੈਕਟਰ ਚੱਲਿਆ ਹੋਇਆ ਮਾਲਕ ਵੀਰਾਂ ਦੇ ਦੱਸਣ ਅਨੁਸਾਰ ਆ ਤੁਸੀਂ ਮੀਟਰ ਦੀਆਂ ਫੋਟੋਆਂ ਵੀ ਵੇਖ ਸਕਦੇ ਹੋ ਟਰੈਕਟਰ ਦੀਆਂ ਬਹੁਤ ਸਾਫ਼ ਸੰਭਾਈ ਵਾਲੀ ਕੰਡੀਸ਼ਨ ਦੇ ਵਿੱਚ ਟਰਨ ਤਾਰਨੇ ਰੀਵੇ ਵੇਖ ਖੜਾ ਹੋਇਆ ਪੀਵੀ ਨੰਬਰ ਆ ਟਰਨ ਤਾਰਨੇ ਰੀਵੇ ਵੇਖ ਖੜਾ ਹੋਇਆ ਪੀਵੀ ਨੰਬਰ ਆ ਟਰੈਕਟਰ 17 ਮਾਡਲ ਆ 70% ਟਰੈਕਟਰ ਦੇ ਟਾਇਰ ਨੇ ਮਾਲਕ ਵੀਰਾਂ ਵੱਲੋਂ ਜੋ ਮੁੱਲ ਰੱਖਿਆ ਗਿਆ ਉਹ ਹੈਗਾ 6 ਲੱਖ ਤੇ 75000 ਰੁਪਇਆ 6 ਲੱਖ 75000 ਰੁਪਇਆ ਮੁੱਲ ਰੱਖਿਆ ਗਿਆ ਵਾ ਬਾਕੀ ਮੌਕੇ ਦੇ ਉੱਪਰ ਲੈਸ ਜ਼ਰੂਰ ਕੀਤਾ ਜਾਊਗਾ ਜੋ ਵੀ ਮਾਲਕਾਂ ਦੇ ਨੰਬਰ ਨੇ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਫੋਨ ਕਰਕੇ ਟਰੈਕਟਰ ਦਾ ਤੁਸੀਂ ਸੌਦਾ ਕਰ ਸਕਦੇ ਹੋ ਬਹੁਤ ਸੋਹਣਾ ਸਾਫ਼ ਸੰਭਾਈ ਵਾਲੀ ਕੰਡੀਸ਼ਨ ਦੇ ਵਿੱਚ ਟਰੈਕਟਰ ਬਕਾਊ ਆ ਜੀ ਬਾਕੀ ਭਰਾਵੋ ਜੇ ਤੁਹਾਨੂੰ ਵੀਡੀਓ ਸਾਡੀ ਵਧੀਆ ਲੱਗਦੀ ਹੁੰਦੀ ਆ ਸ਼ੇਅਰ ਜ਼ਰੂਰ ਕਰਦਾ ਕਰੋ ਯਾਰ ਸ਼ੇਅਰ ਜ਼ਰੂਰ ਕਰਦਾ ਕਰੋ ਤੁਹਾਡੀ ਇੱਕ ਸ਼ੇਅਰ ਦੇ ਨਾਲ ਬਹੁਤ ਕੁਝ ਹੋ ਜਾਂਦਾ ਹੁੰਦਾ ਤੇ ਅੱਗੇ ਆਪਣੇ ਕੋਲ ਆ ਜਾਂਦਾ ਨਿਊ ਹਾਲੈਂਡ 3602 ਨਿਊ ਹਾਲੈਂਡ 3602 ਟਰੈਕਟਰ ਇਹ 2016 ਮਾਡਲ ਆ ਟਰੈਕਟਰ ਇਹ 2016 ਮਾਡਲ ਆ ਬਹੁਤ ਸੰਭਾਈ ਵਾਲੀ ਕੰਡੀਸ਼ਨ ਦੇ ਵਿੱਚ ਰੱਖਿਆ ਹੋਇਆ ਮਾਲਕਾਂ ਦਾ ਭਾਗ ਚਲਾ ਕੇ ਦੇਣ ਦੀ ਵੀ ਪੂਰੀ ਗਰੰਟੀ ਹੈ ਤਸੱਲੀ ਆ ਦਿੱਤੀ ਜਾ ਰਹੀ ਤੇ ਟਰੈਕਟਰ 50 ਹਾਰਸ ਪਾਵਰ ਤੇ 2 ਸਪੀਡ ਦੇ ਵਿੱਚ ਆ 50 ਹਾਰਸ ਪਾਵਰ ਤੇ 2 ਸਪੀਡ ਵਾਲਾ ਟਰੈਕਟਰ ਆ ਇਹ ਤੇ 75 ਪੈਸੇ ਜਿਹੜੇ ਟਰੈਕਟਰ ਦੇ ਟਾਇਰ ਪਏ ਹੋਏ ਨੇ 75 ਪੈਸੇ ਟਰੈਕਟਰ ਦੇ ਟਾਇਰ ਪਏ ਹੋਏ ਨੇ ਪੱਕੇ ਸਾਫ ਬੇਦਾਗ ਬਿਨਾ ਟੱਕ ਤੋਂ ਟਾਇਰ ਨਹੀਂ ਤੇ ਰੰਗ ਰੂਗ ਟੋਟਲ オリジナル ਆ ਜੋ ਸ਼ੋ ਦਾ ਮਗਰਾੜਾ ਦਾ ਬਾਡੀ ਦਾ ਚਾਸੀ ਦਾ ਲੈਂਕਾ ਲੁੰਕਾ ਦਾ ਟੋਟਲੀ ਰੈਜਨਲ ਅਰੰਗਾ ਕਿਤੋਂ ਰੰਗ ਦੁਬਾਰਾ ਨਹੀਂ ਕੀਤਾ ਗਿਆਗਾ ਮਾਲਕ ਵੀਰਾਂ ਦੇ ਦੱਸ ਅਨਸਾਰ ਤੇ ਡਿਮਾਂਡ ਜਿਹੜੀ ਇਹ ਟਰੈਕਟਰ ਦੀ ਰੱਖੀ ਗਈ ਉਹ ਹੈਗੀ 4 ਲੱਖ ਤੇ 35000 ਰੁਪਇਆ 4 ਲੱਖ 35000 ਰੁਪਇਆ ਆਪਾਂ ਨੂੰ ਮੁੱਲ ਲੈ ਕੇ ਆਇਆ ਹੋਇਆ ਸੀਗਾ ਤੇ ਬਾਕੀ ਤੁਸੀਂ ਮਾਲਕਾਂ ਨਾਲ ਗੱਲਬਾਤ ਕਰ ਲਿਓ ਰੇਟ ਦੇ ਵਿੱਚੋਂ ਹੋਰ ਵੀ ਥੋੜ ਜਰੂਰ ਕੀਤੀ ਜਾਊਗੀ ਅੱਗੇ ਆਪਣੇ ਕੋਲ ਜਿਹੜਾ ਟਰੈਕਟਰ ਸੇਲ ਦੇ ਲਈ ਆਉਂਦਾ ਜੀ ਉਹ ਹੈਗਾ ਵਾ 911 HMT 911 ਟਰੈਕਟਰ ਸੇਲ ਦੇ ਲਈ ਆ ਜਾਂਦਾ ਜੀ ਅੱਗੇ ਆਪਣੇ ਕੋਲ ਇਹ ਟਰੈਕਟਰ ਦਾ ਮਾਡਲ ਹੈਗਾ ਪ੍ਰਭੂ 2000 2000 ਮਾਡਲ ਦਾ ਟਰੈਕਟਰ ਦਾ ਫਾਲਤ ਵਗੈਰਾ ਦਾ ਟਰੈਕਟਰ ਬਹੁਤ ਜ਼ਿਆਦਾ ਸੰਭਾਈ ਵਾਲੀ ਕੰਡੀਸ਼ਨ ਦੇ ਵਿੱਚ ਰੱਖਿਆ ਹੋਇਆ ਸੋਨਾ ਰੁਪਿਆ ਹੋਇਆ ਟਰੈਕਟਰ ਜੋ ਬਾਡੀ ਲੈਣ ਦਾ ਲੈਂਕਾਂ ਦਾ ਇੰਜਣ ਦਾ ਬਾਡੀ ਦਾ ਚਾਸੀ A to Z ਟੋਟ ਅਰੀਜਨਲ ਟਰੈਕਟਰ ਕਿਤੇ ਰੰਗ ਦੁਬਾਰਾ ਨਹੀਂ ਹੋਇਆਗਾ ਟਰੈਕਟਰ ਨੂੰ ਮਗਰਾੜ ਮਗਰੂੜ ਵੀ ਵੇਖ ਸਕਦੇ ਹੋ ਚੰਗੀ ਹਾਲਤ ਦੇ ਵਿੱਚ ਪਏ ਹੋਏ ਨੇ ਟਾਇਰ ਵੀ ਯਾਨੀ ਕਿ ਹੈਗੇ 80 ਕੁ ਪੈਸੇ ਘਟੋ ਘਟ 80 ਪੈਸੇ ਹੈਗੇ ਨੇ ਟਾਇਰ ਤੇ ਜੋ ਇਹ ਟਰੈਕਟਰ ਦਾ ਮੁੱਲ ਆ ਉਹ ਹੈਗਾ ਪ੍ਰਭੂ 2 ਲੱਖ ਤੇ 70000 ਰੁਪਿਆ 2,70,000 ਰੁਪਿਆ ਟਰੈਕਟਰ ਦਾ ਮੁੱਲ ਰੱਖਿਆ ਗਿਆ ਵਾ ਬਾਕੀ ਆਉਂਦੀ ਸੀ ਮੌਕੇ ਦੇ ਉੱਪਰ ਲੈਸ ਕੀਤਾ ਜਾਊਗਾ ਡਿਮਾਂਡ ਦੇ ਵਿੱਚੋਂ ਘੱਟ ਜ਼ਰੂਰ ਕੀਤਾ ਜਾਊਗਾ ਜੋ ਵੀ ਮਾਲਕ ਵੀਰਾਂ ਦੇ ਨੰਬਰ ਨੇ ਉਹ ਤੁਹਾਨੂੰ ਆਪਾਂ ਥੱਲੇ ਦੇ ਰਹੇ ਹਾਂ ਮਾਲਕ ਵੀਰਾਂ ਦੇ ਨੰਬਰ ਥੱਲੇ ਦੇ ਰਹੇ ਹਾਂ ਫੋਨ ਕਰਕੇ ਜਿਹੜਾ ਤੁਸੀਂ ਟਰੈਕਟਰ ਦਾ ਸੌਦਾ ਕਰ ਸਕਦੇ ਹੋ ਅੱਗੇ ਆ ਜਾਂਦਾ ਫਾਰਮ ਟਰੈਕ 6060 ਫਾਰਮ ਟਰੈਕ 6060 ਆ ਜਾਂਦਾ ਭਰਾਵੋ ਅੱਗੇ ਸੇਲ ਦੇ ਵਿੱਚ ਆਪਣੇ ਕੋਲ ਇਹ ਟਰੈਕਟਰ ਦਾ ਜਿਹੜਾ ਮਾਡਲ ਆ ਉਹ ਹੈਗਾ ਜੀ 2013 ਮਾਡਲ 2013 ਮਾਡਲ ਆ ਇਹ ਟਰੈਕਟਰ ਆ ਜਿਹੜਾ ਪਾਵਰ ਸਟੀering ਆ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਟਰੈਕਟਰ ਨੂੰ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਟਰੈਕਟਰ ਨੂੰ ਬਹੁਤ ਸੁਭਾਈ ਵਾਲੀ ਕੰਡੀਸ਼ਨ ਦੇ ਵਿੱਚ ਪਿਆ ਹੋਇਆ ਵਾ ਟਰੈਕਟਰ ਵਾ ਕੇ ਚਲਾ ਕੇ ਦਿਨ ਦੀ ਪੂਰੀ ਗਾਰੰਟੀ ਆ ਤਸੱਲੀ ਦਿੱਤੀ ਜਾ ਰਹੀ ਆ ਜੋ ਸ਼ੋ ਦਾ ਰੰਗ ਇੰਜਨ ਬਾਡੀ ਚਾਸੀ ਲਿੰਕਾ ਦਾ ਰੰਗ ਟੋਟ ਓਰੀਜਨਲ ਆ ਕਿਤੇ ਰੰਗ ਦੁਬਾਰਾ ਨਹੀਂ ਕੀਤਾ ਗਿਆ ਮਗਰਾੜ ਮਗਰੂੜ ਵੀ ਓਰੀਜਨਲ ਨੇ ਜੋ ਬਾਡੀ ਚਾਸੀ ਲੈਂਕਾ ਦਾ ਟਰੈਕਟਰ ਹੈਗਾ ਵਾ ਕੋਈ ਤੋ ਜੰਗ ਨਹੀਂ ਖਾਦਾ ਕਿਤੋਂ ਕੁਝ ਵੀ ਨਹੀਂ ਹੋਇਆਗਾ ਟਰੈਕਟਰ ਨੂੰ ਮੁੱਲਾ ਜਿਹੜਾ ਟਰੈਕਟਰ ਦਾ ਤੁਹਾਨੂੰ ਫੋਨ ਤੇ ਦੱਸਿਆ ਜਾਊਗਾ ਮਾਲਕਾ ਜਿਹੜੇ ਨੰਬਰ ਆ ਉਹ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਫੋਨ ਕਰਕੇ ਤੁਸੀਂ ਜਿਹੜਾ ਇਹ ਟਰੈਕਟਰ ਦਾ ਮੁੱਲ ਵੇ ਮਾਲਕਾ ਤੋਂ ਪੁੱਛ ਸਕਦੇ ਹੋ ਪੂਰਾ ਜਾਇਜ਼ ਵਾਜਬ ਮੁੱਲ ਦੇ ਉੱਪਰ ਟਰੈਕਟਰ ਇਹ ਬਕਾਊ ਕੀਤਾ ਹੋਇਆ ਜੀ ਅੱਗੇ ਵੀਡੀਓ ਦੇ ਵਿੱਚ ਜਿਹੜਾ ਆਪਣੇ ਕੋਲ ਆ ਜਾਂਦਾ ਜੀ ਰੋਟਾਵੇਟਰ ਇਹ ਰੋਟਾਵੇਟਰ ਆ ਜਿਹੜਾ ਸੋਨਾਲੀਕਾ ਕੰਪਨੀ ਵਾਲਿਆਂ ਦਾ ਵਾ 7 ਫੁੱਟਾ ਰੂਟਾਵੇਟਰ ਆ ਬੇਟਰਾ 7 ਫੁੱਟਾ ਰੂਟਾਵੇਟਰ ਬਲੇਡ ਵਗੈਰਾ ਬਹੁਤ ਚੰਗੀ ਹਾਲਤ ਦੇ ਵਿੱਚ ਨੇ ਤੇ ਇਹ ਜਿਹੜਾ ਰੂਟਾਵੇਟਰ 15 ਮਾਡਲ ਆ 2015 ਸਾਲ ਦੇ ਵਿੱਚ ਇਹ ਲਿਆ ਸੀਗਾ 75 ਪੈਸੇ ਬਲੇਡ ਪਏ ਹੋਏ ਨੇ 75 ਪੈਸੇ ਬਲੇਡ ਪਏ ਹੋਏ ਨੇ ਬਹੁਤ ਸਾਫ ਹਾਲਤ ਦੇ ਵਿੱਚ ਆ ਹਾਲਤ ਵਗੈਰਾ ਤੁਹਾਨੂੰ ਫੋਟੋਆਂ ਦੇ ਵਿੱਚ ਵੀ ਸ਼ੋ ਹੋਂਦੀ ਹੋਈ ਆ ਤੇ ਇਹਦਾ 70000 ਰੁਪਿਆ ਮੁੱਲ ਰੱਖਿਆ ਗਿਆ 70000 ਰੁਪਿਆ ਮੁੱਲ ਰੱਖਿਆ ਗਿਆ ਇੱਕ ਮੇਰਾ ਵੀਰ ਯਾਰ ਤੁਸੀਂ ਨਾ ਜਰੂਰ ਦੱਸਦਿਆ ਕਰੋ ਜਦੋਂ ਤੁਸੀਂ ਰੂਟਾਵੇਟਰ ਭੇਜਦੇ ਹੋ ਕਿ ਗਰਾਰੀ ਵਾਲਾ ਕਿ ਚੈਨ ਵਾਲਾ ਵੀ ਇਹ ਜਿਹੜਾ ਰੂਟਾਵੇਟਰ ਹੈ ਗਰਾਰੀ ਵਾਲਾ ਵਾ ਕਿ ਚੈਨ ਵਾਲਾ ਹੀ ਤੁਸੀਂ ਜਰੂਰ ਦੱਸਦਿਆ ਕਰੋ ਇੱਕ ਵਾਰ ਸਾਰੇ ਵੀਰ ਜਿੰਨੇ ਵੀ ਰੂਟਾਵੇਟਰ ਭੇਜਦੇ ਨੇ ਅੱਗੇ ਆਪਣੇ ਕੋਲ ਜਿਹੜਾ HMT ਟਰੈਕਟਰ ਆਉਂਦਾ ਜੀ 652 HMT 652 ਆ ਜਾਂਦਾ ਵਾ ਤੇ ਜਿਹੜਾ ਇਹ ਟਰੈਕਟਰ ਆ ਇਹਦਾ ਮਾਡਲ ਦੀ ਗੱਲ ਕਰੀਏ 2007 ਮਾਡਲ ਆ ਤੇ ਬਹੁਤ ਹੀ ਜ਼ਿਆਦੇ ਵਾਜੂਬ ਤੇ ਘੱਟ ਰੇਟ ਦੇ ਵਿੱਚ ਟਰੈਕਟਰ ਇਹ ਵਿਕਾਊ ਪਾਇਆ ਹੋਇਆ ਜੀ 2007 ਮਾਡਲ ਆ ਹਾਲਤ ਵਗੈਰਾ ਦਾ ਬਹੁਤ ਚੰਗਾ ਟਰੈਕਟਰ ਪਿਆ ਹੋਇਆ ਰੰਗ ਰੂੰਗਦਾ ਵੀ ਚੰਗਾ ਟਰੈਕਟਰ ਜੋ ਟਾਇਰ ਟੂਰ ਨੇ ਉਹ ਵੀ ਠੀਕ ਠਾਕ ਪਏ ਹੋਏ ਨੇ ਆ ਤੁਸੀਂ ਮਗਰਲੇ ਸੇੜੀਆਂ ਫੋਟੋਆਂ ਵੇਖ ਸਕਦੇ ਹੋ ਤੇ ਟੋਟ ਅਰੀਜਨਲ ਆ ਫੋਟੋਆਂ ਦੇ ਵਿੱਚ ਵੀ ਹਰੇ ਰੰਗ ਦੀ ਡੱਕ ਦਿੰਦਾ ਵਾ ਵਿੱਚੋਂ ਜੋ ਬਾਡੀ ਲਾਈਨ ਦੇ ਵਿੱਚੋਂ ਥੋੜੀ ਥੋੜੀ ਇਹ ਹਰੇ ਰੰਗ ਦੀ ਭਾਫ਼ ਮਾਰਦੇ ਹੁੰਦੇ ਜਿੰਨੇ ਵੀ 58 11 ਜਾਂ 6522 ਹੁੰਦੇ ਨੇ ਠੀਕ ਹੈ ਜੀ ਸੋ ਇਹ ਟਰੈਕਟਰ ਦਾ ਮਾਡਲ 2007 ਹੈ ਤੇ ਕੀਮਤ ਆ ਜਿਹੜੀ ਟਰੈਕਟਰ ਦੀ ਉਹ ਹੈਗੀ ਆ 2 ਲੱਖ ਤੇ 70000 ਰੁਪਿਆ 2 ਲੱਖ 70000 ਰੁਪਿਆ ਮਾਲਕ ਵੀਰਾਂ ਵੱਲੋਂ ਇਹ ਟਰੈਕਟਰ ਦੀ ਜੋ ਕੀਮਤ ਮੰਗੀ ਗਈ ਆ ਤੇ ਇਹਦੇ ਵਿੱਚੋਂ ਥੋੜਾ ਬਹੁਤਾ ਹੀ ਮੌਕੇ ਦੇ ਉੱਪਰ ਘੱਟ ਵੱਧ ਕੀਤਾ ਜਾਊਗਾ ਨੰਬਰ ਆ ਜਿਹੜੇ ਮਾਲਕਾਂ ਦੇ ਆਪਾਂ ਤੁਹਾਨੂੰ ਥੱਲੇ ਦੇ ਰਹੇ ਹਾਂ ਇਸ ਟਾਈਮ ਇਹਨਾਂ ਨੰਬਰਾਂ 'ਤੇ ਤੁਸੀਂ ਫੋਨ ਲਾ ਕੇ ਜਾਂ ਫਿਰ WhatsApp ਦੇ ਉੱਪਰ ਸਿੱਧੀ ਗੱਲਬਾਤ ਕਰਕੇ ਮਾਲਕਾਂ ਦੇ ਨਾਲ ਟਰੈਕਟਰ ਦਾ ਸੌਦਾ ਕਰ ਸਕਦੇ ਹੋ ਤੁਸੀਂ ਤੇ ਅੱਗੇ ਆਪਣੇ ਕੋਲ ਜਿਹੜਾ ਟਰੈਕਟਰ ਹੁੰਦਾ ਵਾ ਉਹ ਹੈਗਾ ਜੀ ਫਾਰਮ ਟਰੈਕ 60 ਫਾਰਮ ਟਰੈਕ 60 ਆ ਜਾਂਦਾ ਵਾ ਇਹ ਟਰੈਕਟਰ ਹੈ ਜਿਹੜਾ ਫਾਰਮ ਟਰੈਕ 60 ਦੇ ਵਿੱਚ ਇਹ ਹੈਗਾ 2008 ਮਾਡਲ 2008 ਮਾਡਲ ਤੇ ਨਵੇਂ ਟਾਇਰ ਦਸੇ ਜਾ ਰੱਖੇ ਨੇ ਬਿਲਕੁਲ ਨਵੇਂ ਟਾਇਰ ਦਸੇ ਜਾ ਰੱਖੇ ਨੇ ਰੰਗ ਰੰਗ ਦਾ ਦੇਖ ਸਕਦੇ ਹੋ ਚੰਗਾ ਟਰੈਕਟਰ ਪਿਆ ਹੋਇਆ ਰੰਗ ਰੰਗੋ ਸਾਫਾ ਟਰੈਕਟਰ ਰੰਗ ਵਜੋ ਤਾਂ ਤੇ ਬਾਕੀ ਫੋਨ ਦੇ ਉੱਪਰ ਰੰਗ ਰੰਗ ਬਾਰੇ ਆਪ ਦੀ ਗੱਲਬਾਤ ਕਰ ਲਿਓ ਕਿ ਕਿਵੇਂ ਵੱਜਿਆ ਕਿ ਅਰੀਜਨਲ ਠੀਕ ਹੈ ਬਾਕੀ ਸ਼ੋਅ ਦਾ オリジナル ਆ ਬਾਡੀ ਲੈਨ ਦਾ ਮੈਂ ਕੁਝ ਦੱਸ ਨਹੀਂ ਸਕਦਾਗਾ ਕਿ ਕਈ ਕਈ ਵਾਰ ਸੰਭਾਈ ਮੂਲੋਂ ਜ਼ਿਆਦਾ ਹੁੰਦੀ ਆ ਤੇ ਰੰਗ ਟੂਟ オリジナル ਹੀ ਵੀ ਰਹਿ ਜਾਂਦਾ ਬਈ ਜੇ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀਗੀ 1950 50 ਮਾਡਲਾਂ ਦੇ ਕਈ ਕਈ ਵਾਰ ਰੰਗ オリジナル ਪਏ ਹੋਏ ਨੇ ਅਜੇ ਤੱਕ ਇੰਨਾ ਜਾਰੇ ਪੁਰਾਣੇ-ਪੁਰਾਣੇ ਮਾਡਲਾਂ ਦੇ ਵੀ ਜਿਨ੍ਹਾਂ ਨੇ ਸੰਭਾਲ ਕਰਕੇ ਰੱਖੀ ਹੁੰਦੀ ਆ ਰੰਗ ਸਾਫ਼ ਰਹਿ ਜਾਂਦੇ ਨੇ ਇਹ ਜਿ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀਗੀ ਤੇ ਬਿਲਕੁਲ ਨਵੇਂ ਟਾਇਰ ਨੇ ਜੀਰਾ ਏਰੀਆ ਵੇਖੇ ਖੜਾ ਹੋਇਆ ਟਰੈਕਟਰ ਇਹ 10 ਲੱਖ ਤੇ 65000 ਰੁਪਿਆ ਸੌਰੀ 10,35,000 ਰੁਪਿਆ ਮੁੱਲ 10 ਲੱਖ ਤੇ 35,000 ਰੁਪਿਆ ਮੁੱਲ ਤੇ ਬਾਕੀ ਮੌਕੇ ਦੇ ਉੱਪਰ ਘਟਬੱਧ ਵੀ ਹੋਣਾ ਵਾ ਜੋ ਵੀ ਮਾਲਕ ਵੀਰਾਂ ਦੇ ਸੰਪਰਕ ਦੇ ਨੰਬਰ ਨੇ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਫੋਨ ਕਰਕੇ ਸਿੱਧੀ ਮਾਲਕਾਂ ਦੇ ਨਾਲ ਗੱਲਬਾਤ ਕਰ ਲਿਓ ਟਰੈਕਟਰ ਦੇ ਰੇਟ ਦੇ ਬਾਰੇ ਜਾਂ ਫਿਰ ਹੋਰ ਕੋਈ ਤੁਸੀਂ ਡਿਟੇਲ ਲੈਣੀ ਹੋਵੇ ਟਰੈਕਟਰ ਦੀ ਮਾਲਕਾਂ ਦੇ ਨਾਲ ਗੱਲਬਾਤ ਕਰਿਓ ਬਾਕੀ ਤੁਸੀਂ ਜੇ ਨਵੇਂ ਆਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਮੇਰਾ ਵੀਰ ਬਣ ਕੇ ਤੇ ਨਾਲ ਲੱਗੇ ਘੰਟੀ ਦੇ ਆਪਸ਼ਨ ਨੂੰ ਆਲ ਤੇ ਸੈੱਟ ਜਰੂਰ ਕਰ ਦਿਆ ਕਰੋ ਸਰਫੋ ਸਰਫ ਤੇ ਨਹੀਂ ਆਰ ਬੰਦੇ ਨੇ ਉਹ ਘੰਟੀ ਦਾ ਆਪਸ਼ਨ ਨੱਪਿਆ ਹੋਇਆ ਬਾਕੀਆਂ ਨੇ ਨਹੀਂ ਨੱਪਿਆ ਸੋ ਪਲੀਜ਼ ਨੱਪ ਦਿਓ ਘੰਟੀ ਦਾ ਆਪਸ਼ਨ ਵੀ ਨਾਲ ਤੇ ਅੱਗੇ ਆਪਣੇ ਕੋਲ ਸੀਲ ਦੇ ਵਿੱਚ ਆ ਜਾਂਦਾ ਜੀ ਰਾਜਾ ਆਲਿਆਂ ਦਾ ਰੀਪਰ ਰਾਜਾ ਅਵਤਾਰ ਖਾਲਸੀ ਐਗਰੋ ਵਰਕ ਵਾਲਿਆਂ ਦਾ ਰੀਪਰ ਆ ਜਾਂਦਾ ਜੀ ਇਹ ਰੀਪਰ ਦਾ ਮਾਡਲ ਹੈਗਾ 2019 2019 ਮਾਡਲ ਹੈ ਇਹ ਰੀਪਰ ਹਾਲਤ ਵਗੈਰਾ ਦਾ ਸਾਫ਼ ਪਿਆ ਹੋਇਆ ਵਾ ਕਮੀ ਪੇਸ਼ੀ ਕੋਈ ਨਹੀਂ ਹੈਗੀ ਵਿੱਚ ਕਮੀ ਪੇਸ਼ੀ ਕੋਈ ਨਹੀਂ ਹੈਗੀ ਇਹਦੇ ਵਿੱਚ ਬਹੁਤ ਸੋਹਣੀ ਹਾਲਤ ਦੇ ਵਿੱਚ ਕੰਮ ਕਰਦਾ ਵਧੀਆ ਸੀਜ਼ਨ ਲਾਇ ਹੋਏ ਨੇ ਹਾਲਤ ਵਗੈਰਾ ਤੁਸੀਂ ਵੇਖ ਸਕਦੇ ਹੋ ਰੀਪਰ ਦੀ ਪੂਰੀ ਵਧੀਆ ਹਾਲਤ ਦੇ ਵਿੱਚ ਤਲਵੰਡੀ ਸਾਬੋ ਏਰੀਏ ਵਿਖੇ ਆ 2 ਲੱਖ ਤੇ 20000 ਰੁਪਈਆ ਰੀਪਰ ਦਾ ਜਿਹੜਾ ਮੁੱਲ ਰੱਖਿਆ ਗਿਆ ਮਾਲਕ ਵੀਰਾਂ ਵੱਲੋਂ ਬਾਕੀ ਮੌਕੇ ਦੇ ਉੱਪਰ ਜ਼ਰੂਰ ਘਟ ਵਧ ਕੀਤਾ ਜਾਣਾ ਵਾ ਜੋ ਵੀ ਮਾਲਕਾਂ ਨੇ ਨੰਬਰ ਆ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਫੋਨ ਕਰਕੇ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਰੀਪਰ ਦਾ ਤੁਸੀਂ ਜਿਹੜਾ ਸੌਦਾ ਮਾਰ ਸਕਦੇ ਹੋ ਅੱਗੇ ਆ ਜਾਂਦਾ ਜੀ ਫਾਰਮ ਟਰੈਕ 60 ਫਾਰਮ ਟਰੈਕ 60 ਆ ਜਾਂਦਾ ਜੀ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਇਹ ਟਰੈਕਟਰ ਹੈ ਜਿਹੜਾ 2010 ਮਾਡਲ ਆ 2010 ਮਾਡਲ ਹੈ ਇਹ ਟਰੈਕਟਰ ਪੂਰੀ ਸੰਭਾਈ ਤੇ オリジナル ਕੰਡੀਸ਼ਨ ਦੇ ਵਿੱਚ ਆ ਪੂਰੀ ਸੰਭਾਈ ਤੇ オリジナル ਕੰਡੀਸ਼ਨ ਦੇ ਵਿੱਚ ਰੱਖਿਆ ਗਿਆ ਇਹ ਟਰੈਕਟਰ ਕੋਈ ਕੰਮ ਨਹੀਂ ਭਾਲਦਾਗਾ ਕੋਈ ਕਮੀ ਪੇਸ਼ੀ ਟਰੈਕਟਰ ਦੇ ਵਿੱਚ ਨਹੀਂ ਹੈਗੀਗੀ ਬਾਗ ਚਰਾ ਕੇ ਸਕਦੇ ਹੋ ਪੂਰੀ ਗਾਰੰਟੀ ਦਿੱਤੀ ਜਾ ਰਹੀ ਆ ਮਗਰਲੇ ਟਾਇਰ 75 ਪੈਸੇ ਨੇ ਮੂਰਲੇ ਟਾਇਰ 90 ਪੈਸੇ ਨੇ ਮਗਰਲੇ ਟਾਇਰ 75 ਪੈਸੇ ਨੇ ਮੂਰਲੇ ਟਾਇਰ 90 ਪੈਸੇ ਨੇ ਤੇ ਮੋਗਾ ਏਰੀਏ ਵਿੱਚ ਜਿਹੜਾ ਟਰੈਕਟਰ ਖੜਾ ਹੋਇਆ ਇਹ ਮਾਲਕ ਵੀਰਾਂ ਵੱਲੋਂ ਜੋ ਟਰੈਕਟਰ ਦਾ ਮੁੱਲ ਆ ਉਹ ਹੈਗਾ ਜੀ 10 ਲੱਖ ਤੇ 90 ਹਜ਼ਾਰ ਰੁਪਈਆ 10 ਲੱਖ 90 ਹਜ਼ਾਰ ਰੁਪਈਆ ਮੁੱਲ ਆ ਤੇ ਬਾਕੀ ਇਹ ਟਰੈਕਟਰ ਜਿਹੜਾ ਮੰਨੂ ਥੋੜਾ ਪਾਵਰ ਸਟੀering ਲੱਗਦਾ ਵਾ ਬਾਕੀ ਤੁਸੀਂ ਮਾਲਕਨ ਦੇ ਨਾਲ ਗੱਲਬਾਤ ਕਰ ਲਿਓ ਤੁਹਾਨੂੰ ਪੂਰੀ ਡਿਟੇਲ ਮਿਲ ਜੂਗੀ 10 ਲੱਖ 90 ਹਜ਼ਾਰ ਰੁਪਈਆ ਮੁੱਲ ਆ ਜੇ ਪਾਵਰ ਸਟੀering ਹੋਇਆ ਤੇ ਪੂਰਾ ਜਾਇਜ਼ ਮੁੱਲ ਆ ਫੇਰ ਤਾਂ ਪੂਰਾ A to Z ਸਹੀ ਆ ਕਿਉਂਕਿ ਡਬਲ ਪੰਪ ਲੱਗਾ ਹੋਇਆ ਡਬਲ ਪੰਪ ਪਾਵਰ ਸਟੀering ਸੋ ਬਾਕੀ ਅੱਗੇ ਆਪਣੇ ਕੋਲ ਜਿਹੜਾ ਸੇਲ ਦੇ ਵਾਹ ਟਰੈਕਟਰ ਆਉਂਦਾ ਉਹ ਹੈਗਾ ਜੀ ਨਿਊ ਹਾਲੈਂਡ 3630 ਪਲੱਸ ਤੇ ਥੋੜਾ ਜਾਰੀ ਪ੍ਰਭੋ ਦਾ ਵਾਇਸ ਦੀ ਥੋੜੀ ਕੁਆਲਿਟੀ ਲੋ ਆਊਗੀ ਮੈਂ ਮਾਈਕ ਲੈ ਆਇਆ ਥੋੜਾ ਜਆ ਉਹਦਾ ਉਹ ਜੈਕ ਵਗੈਰਾ ਲੂਸ ਸੀਗਾ ਸੋ ਥੋੜਾ ਡਿਵਾਈਸ ਜੈਕ ਹੋਰ ਮੰਗਾਇਆ ਹੋਇਆ ਸੋ ਉਸ ਤੋਂ ਬਾਅਦ ਤੁਹਾਨੂੰ ਲਾਈਵ ਦੀ ਜਿਹੜੀ ਵਾਇਸ ਕੁਆਲਿਟੀ ਉਹ ਵੀ ਵਧੂਗੀ ਤੇ ਵੀਡੀਓ ਦੀ ਵਾਇਸ ਕੁਆਲਿਟੀ ਵੀ ਜ਼ਰੂਰ ਵਧੂਗੀ ਤੇ ਅੱਗੇ ਜਿਹੜਾ ਟਰੈਕਟਰ 3630 ਪਲੱਸ ਆਉਂਦਾ ਹੈ 2011 ਮਾਡਲ ਆ ਇਹ ਟਰੈਕਟਰ ਦਾ ਮਾਡਲ ਹੈਗਾ ਜੀ ਪ੍ਰਭੋ 2011 ਬਹੁਤ ਸੋਹਣਾ ਟਰੈਕਟਰ ਪਿਆ ਹੋਇਆ ਸਾਫ ਰੰਗ ਦੇ ਵਿੱਚ ਆ 95 ਪੈਸੇ ਟਾਇਰ ਪਾਏ ਹੋਏ ਨੇ 95 ਪੈਸੇ ਟਾਇਰ ਪਾਏ ਹੋਏ ਨੇ ਬਹੁਤ ਸਾਫ ਹਾਲਤਰੇ ਵਿੱਚ ਆ ਟਰੈਕਟਰ ਜੋ ਤੁਸੀਂ ਟਰੈਕਟਰ ਵਾਹ ਕੇ ਚਲਾ ਕੇ ਵੀ ਚੈੱਕ ਕਰਕੇ ਖਰੀਦ ਸਕਦੇ ਹੋ ਤੇ 5.5 ਲੱਖ ਰੁਪਈਆ ਇਹ ਟਰੈਕਟਰ ਦਾ ਮੁੱਲ ਰੱਖਿਆ ਗਿਆ ਮਾਲਕੀ ਵੀਰਾਂ ਵੱਲੋਂ ਡਿਮਾਂਡ ਹੈ ਤਾਂ ਪ੍ਰਭੂ ਬਹੁਤ ਜਾ ਰਹੇ ਆ ਤੁਸੀਂ ਮੰਡੀ ਵਾਲੀ ਵੀਡੀਓ ਵੇਖ ਲਓ ਇਦੋਂ ਵੀ ਜਿਆਦੇ-ਜਿਆਦੇ ਰੇਟ ਵਾਲੇ ਪਏ ਨੇ ਆਖਿਰ ਤੇ ਜਾ ਕੇ ਤਾਂ ਸਾਡੇ ਨਾਲ ਬੜੀ ਵੱਡੀ ਕਲੋਲ ਹੋਈ ਸੀਗੀ ਮੰਡੀ ਬਹੁਤ ਜਣਿਆਂ ਨੇ ਵੇਖੀ ਵੀ ਹੋਊਗੀ ਤੇ ਜਿਨਾਂ ਨੇ ਨਹੀਂ ਵੇਖੀ ਉਹ ਵੀਡੀਓ ਜ਼ਰੂਰ ਵੇਖਿਓ ਆਖਿਰ ਤੇ ਖਾਸ ਕੀ ਐਂਡ ਵਾਲੇ ਪਾਰਟ 'ਚ ਜਿਹੇ ਵਿੱਚ ਤਾਂ ਬੜੀ ਜਿਆਦੇ ਕਲੋਲ ਜੀ ਹੋ ਗਈ ਸੀਗੀ ਸਾਡੇ ਨਾਲ ਉੱਥੋਂ ਦਾ ਪੈਰ ਚਪਕੀ ਜਾਣ ਕਿਉਂਕਿ ਲੱਕ-ਲੱਕ ਵਾਲੀ ਸੀਗੀ ਉੱਥੋਂ ਦੀ ਕੰਮ ਹੀ ਉਹ ਜਾ ਹੋ ਗਿਆ ਮੰਡੀ 'ਚ ਤੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਠੀਕ ਹੈ ਜੀ ਬਹੁਤ ਵਧੀਆ ਟਰੈਕਟਰ ਪਿਆ ਹੋਇਆ ਵਾ ਤੇ ਬਹੁਤ ਬਹੁਤ ਧੰਨਵਾਦ ਭਰਾਵੋ ਐਂਡ ਤੱਕ ਵੀਡੀਓ ਵੇਖਣ ਦੇ ਲਈ ਤੇ ਜੇ ਤੁਹਾਨੂੰ ਵਧੀਆ ਲੱਗੀ ਹੋਈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਜਰੂਰ ਕਰਕੇ ਜਾਇਓ ਅਸੀਂ ਤੁਹਾਡੇ ਬਹੁਤ ਧੰਨਵਾਦੀ